ਬਾਈ ਇੱਕ ਬੇਨਤੀ ਆ ਵੀ ਰੈਫਰੀ ਦਾ ਫੈਸਲਾ ਅੰਤਮ ਹੋਊਗਾ, ਪਾਣੀ ਨਾ ਪਿਆ ਦਿਓ। ਮੈਂ ਇਸ ਚੀਜ਼ ਦੇ ਹੱਕ ਚ ਨਹੀਂ ਵੀ ਪਾਣੀ ਬੰਦ ਕਰੋ, ਇਹ ਹੁਣ ਮੈਨੂੰ ਕਹਾ ਕੇ ਵੀ ਬੰਦ ਕਰ ਦਿਓ ਆਪ। ਇੱਕ ਮਿੰਟ, ਆਪਦੇ ਹਿਸਾਬ ਨਾਲ ਪਾਣੀ ਪਿਆ ਦਿਓ, ਕੋਈ ਲਾਵੇ ਨਾ। ਇਹ ਨਾ ਹੋਵੇ ਵੀ ਇੱਕ ਬੰਦਾ ਇੱਥੇ ਆਇਆ ਵਾ ਉਹ ਮੂੰਹ ਚ ਵੀ ਪਾਣੀ ਰੱਖ ਲੈਂਦਾ ਹੈ। ਕਿੱਧਰ ਗਿਆ? ਹਾਂ ਫੌਜੀ ਹੱਸਦਾ ਹੈ। ਇਹ ਸਾਡਾ ਭਰਾ ਲਾਓ ਸਾਹਮਣੇ ਮੇਰੇ ਵੀਰੇ, ਲਓ ਫਾਈਨਲ ਮੈਚ ਦੀ ਕਬੱਡੀ ਮਨਜੀਤ ਇਸ ਵੇਲੇ ਨੌਜਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ। ਆਓ ਪਹਿਲਾ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ, ਪੁਆਇੰਟ ਇਸ ਵੇਲੇ ਮੇਰੇ ਵੀਰੋ ਬਦਾਵਟ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਰੇਡ ਗੁਰਲਾਲ ਗੰਗਾ ਵਾਲੇ ਦੀ ਹੈ ਮੇਰੇ ਪੰਜਾਬੀ ਵੀਰੋ। ਚਾਰ ਜਾਫੀ ਬਦਾਵਟ ਦੀ ਟੀਮ ਦੇ ਕਹਿੰਦੇ ਚੀਮਾ ਜੋਧਪੁਰ ਦੀ ਟੀਮ ਵੱਲੋਂ ਮੁੰਡਾ ਗੁਰਲਾਲ ਪੱਕੇ ਤੌਰ ਤੇ ਖੇਡਦਾ ਹੈ। ਲਓ ਸਾਹਮਣੇ ਕਬੱਡੀ ਇਸ ਵੇਲੇ ਮੇਰੇ ਵੀਰੋ, ਪੰਜਾਬ ਅਤੇ ਹਰਿਆਣੇ ਦਾ ਮੈਚ, ਨਥੇਹੇ ਦਾ ਗੋਲਡ ਕਬੱਡੀ ਕੱਪ, ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਬੱਡੀ 365.com ਦੇ ਜ਼ਰੀਏ ਵੇਖਿਆ ਜਾ ਰਿਹਾ। ਲਓ ਗੁਰਲਾਲ, ਵਾਹ ਨੀਰੀ ਸੈਂ, ਉਹ ਆ ਗਿਆ ਤਾਊ 51 ਸਾਲ ਦੀ ਪਹਿਲੀ ਕਬੱਡੀ ਪਾਉਣ ਦੇ ਲਈ, ਤਾੜੀ ਮਾਰ ਦਿਓ ਮੇਰੇ ਵੀਰੋ। ਸਰਦਾਰ ਹਰਿੰਦਰ ਸਿੰਘ ਜੀ ਚਾਲ, TIG ਸਾਹਿਬ ਤੇ ਸਾਡਾ ਭਰਾ ਗੁਲਜ਼ਾਰ ਕਹਿੰਦਾ ਵੀ 5100 ਲਾ ਦਿਓ 3 ਕਬੱਡੀਆਂ ਤੇ ਤਾਊ ਦੀਆਂ ਤੇ 3 ਕਬੱਡੀਆਂ ਕਹਿੰਦੇ ਕੌਰੇ ਸੇਲ ਭਰਾ ਵਾਲੇ ਦੀਆਂ ਵੀ 5100 ਦੀਆਂ ਪਹਿਣਗੀਆਂ। ਇਹ ਹੈ ਬਲਜੀਤ ਤਾਇਆ, ਉਹ ਤਾਇਆ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਬਲਜੀਤ ਸਿੰਘ। ਲਓ ਫੌਜੀ ਚੀਮਿਆਂ ਵਾਲਾ, ਫੌਜੀ ਤੇ ਤਾਊ, ਤਾਊ ਤੇ ਫੌਜੀ, ਤਾਊ ਤੇ ਫੌਜੀ, ਬੱਲੇ 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 ਬੱਲੇ, ਫੌਜੀ 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 ਫੌਜੀ, ਆ ਸਵਾਦ ਆ ਗਿਆ। ਉਹ 5100 ਦਾ ਜਫਾ ਲੱਗੇ, ਇੱਕ ਵਾਰੀ ਤਾੜੀ ਖੁੱਲ ਕੇ ਮਾਰ ਦਿਓ ਮੇਰੇ ਵੀਰੋ। ਇਧਰ 5100 ਦਾ ਗੁਲਜ਼ਾਰ ਜੀ ਜਫਾ ਲੱਗ ਚੁੱਕਿਆ ਹੈ ਤੇ 5100 ਦੀ ਪਹਿਲੀ ਰੇਡ ਕਹਿੰਦੇ ਕੌਰੇ ਸੇਲਬਰਾ ਵਾਲੇ ਨੇ ਇਸ ਵੇਲੇ ਖੇਡ ਮੈਦਾਨ ਵਿੱਚ ਪਾ ਦਿੱਤੀ ਹੈ। ਇਹ ਹੈ ਸੇਲਬਰਾ ਵਾਲਾ ਕੌਰਾ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵਾਧਾ ਹੋਇਆ। 4 ਰਹਿ, ਲਓ ਪੁਆਇੰਟ ਇਸ ਵੇਲੇ ਧਾਵੀ ਦਾ ਹੈ, ਪੁਆਇੰਟ ਇਸ ਵੇਲੇ ਚੀਮਾ ਯੋਧਪੁਰ ਦੀ ਟੀਮ ਦੇ ਹਿੱਸੇ ਜਾ ਜੁੜਿਆ। ਚੱਲ ਵੀ ਕੰਤੀ ਕਰਦੀ ਗੱਲ ਮਨਜੀਤ ਦੀ ਪੈਂਦੀ ਹੋਈ ਰਹੀ। ਇਧਰ ਬਦਾਮਬੜ ਵਾਲਾ ਮਨਜੀਤ ਸਿੰਘ, ਕਿਉਂਕਿ ਦਰਸ਼ਕ ਵੀਰ ਦੇਖ ਰਹੇ ਨੇ ਵੀ ਆਹ ਜਿਹੜਾ ਫਾਈਨਲ ਮੈਚ ਅੱਜ ਦੇ ਦਿਨ ਦਾ ਇਤਿਹਾਸ ਬਣਦੇ ਆ। ਉਧਰ ਮੈਂ ਦੇਖਦਾ ਹਰਿਆਣੇ ਵਾਲਾ ਨੌਜਵਾਨ ਬਦਾਮਬੜ ਪਿੰਡ ਵਾਲਾ ਮਨਜੀਤ ਸਿੰਘ ਅੱਗੇ ਨੂੰ ਵਧਿਆ ਹੋਇਆ, 3 ਜਾਫੀ ਹੈ। ਆਹ ਕਹਿੰਦੇ ਪ੍ਰਗਟ ਸਿੰਘ ਨੌਜਵਾਨ ਜਿਹੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਪਰ ਪੁਆਇੰਟ ਜਿਹੜਾ ਮਨਜੀਤ ਸਿੰਘ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਗੁਰਲਾਲ ਨੌਜਵਾਨ ਜੀ ਨੇ ਕਹਿੰਦੇ ਵੀ ਬੜੀ ਤਕੜੀ ਗੇਮ ਖੇਡੀ ਆ, ਗੁਰਲਾਲ ਦਾ ਨਾਮ ਐਤਕੀ ਟੌਪ ਦੇ ਰੇਡਰਾਂ ਦੇ ਵਿੱਚ ਰਵਿੰਦਰ ਸਿਆ। ਇਹ ਆ ਕਹਿੰਦੇ ਗੰਗਾ ਵਾਲੇ ਸੁਨਿਆਰੇ ਦੇ ਪਿੰਡ ਦਾ ਮਹਾਨ ਕਬੱਡੀ ਖਿਡਾਰੀ ਦੇ ਪਿੰਡ ਦਾ ਗੁਰਲਾਲ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ। ਗੁਰਲਾਲ ਗੰਗਾ ਵਾਲਾ, ਚਾਰਾਂ ਦੇ ਵਿੱਚੋਂ ਵੇਖਦਾ ਵੀ ਹਰਿਆਣੇ ਦਾ ਛੋਰਾ ਕੌਣ, ਆਓ ਵੇਖੋ ਕੰਨੀ ਵਾਲਾ ਲੱਗ ਗਿਆ ਜਫਾ ਮੇਰੇ ਵੀਰੋ। ਕੀ ਨਾਂ ਹੈ ਇਸ ਗੱਭਰੂ ਦਾ? ਪ੍ਰਦੀਪ, 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 ਕੁਲਦੀਪ ਬਦਾਵੜ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਰਿਹਾ। ਤਾਇਆ, ਆਓ ਆ ਗਿਆ ਤਾਇਆ, ਤਾਊ, ਅਰੇ ਤਾਊ, ਇਹ ਹੈ ਤਾਊ ਮੇਰੇ ਵੀਰੋ ਬਲਜੀਤ ਤਾਊ ਬਦਾਵੜ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਅੰਦਰ। ਚਾਰਾਂ ਦੇ ਵਿੱਚੋਂ ਕੌਣ ਇੱਕ ਮੁਕਾਬਲਾ ਕਰਦਾ ਇਸ ਸਮੇਂ ਦੀ ਗੱਲ ਹੈ। ਫੌਜੀ ਚੀਮੇ ਯੋਧਪੁਰ ਵਾਲਾ ਅੱਜ ਮੋਟਰਸਾਈਕਲ ਦਿੱਤੇ ਜਾ ਰਹੇ ਹੈ ਬੈਸਟ ਪਲੇਅਰਾਂ ਨੂੰ। ਲਓ ਸਾਹਮਣੇ ਮੇਰੇ ਵੀਰੋ ਇਸ ਵੇਲੇ ਬਲਜੀਤ ਤਾਊ ਕਬੱਡੀ ਪਾ ਕੇ ਪਾਉਣ ਲੈ ਕੇ ਵਾਪਸ ਜਾਂਦਾ ਹੋਇਆ। ਲਓ ਕੌਰੇ ਸੇਲਬਰਾ ਵਾਲੇ ਦੀ 51 ਸਾਲ ਦੀ ਦੂਜੀ ਰੇਡ ਮੇਰੇ ਪੰਜਾਬੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਦੂਜੀ ਰੇਡ 5100 ਦਾ ਮਾਣ DIG ਸਾਹਿਬ ਤੇ ਗੁਲਜ਼ਾਰ ਚਾਲ ਜੀ ਕਰਨਗੇ। ਲਓ ਸਾਹਮਣੇ ਪੈਂਦੀ ਹੋਈ ਰੇਡ, ਤਾਊ ਦੀਆਂ ਅਗਲੀਆਂ 3 ਕਬੱਡੀਆਂ 5100 ਦੀਆਂ, ਫੇਰ ਇਧਰ ਜਫਾ 5100 ਦਾ ਮੇਰੇ ਵੀਰੋ 5100 ਦਾ ਜਫਾ ਹੈ। ਇਹ ਆ ਕੁਲਦੀਪ ਬਦਾਵੜ ਵਾਲਾ 5000 ਦਾ ਜਫਾ ਲਾਇਆ, ਦਾੜੀ ਖੁੱਲ ਕੇ ਮਾਰ ਦਿਓ ਮੇਰੇ ਵੀਰੋ। ਚੈਲ ਸਾਹਿਬ 5000 ਰੁਪਇਆ 30 ਸੈਕਿੰਡ ਦੇ ਵਿੱਚ ਕਹਿੰਦੇ ਮਾਣ ਬਖਸ਼ਿਆ।
ਇਹ ਮਾਣ ਹੈ, ਬਹੁਤ ਬਹੁਤ ਧੰਨਵਾਦ। ਤਾਊ ਦੀਆਂ ਅਗਲੀਆਂ ਤਿੰਨ ਕਬੱਡੀਆਂ 5000 ਦੀਆਂ ਮੇਰੇ ਵੀਰੇ ਕੋਸ਼ ਚੈਲ ਚੈਰੀਟੇਬਲ ਟਰੱਸਟ ਦੇ ਬਾਨੀ ਡੀ ਆਈ ਜੀ ਹਰਿੰਦਰ ਸਿੰਘ ਜੀ ਚੈਲ ਤੇ ਉਹਨਾਂ ਦੇ ਬੇਟੇ ਗੁਲਜ਼ਾਰ ਚੈਲ ਜੀ ਮਾਣ ਕਰਨਗੇ ਤਾਊ ਦੀਆਂ ਅਗਲੀਆਂ ਰੇਡਾਂ 5000 ਦੀਆਂ ਮੇਰੇ ਵੀਰੇ ਤਿੰਨ ਰੇਡਾਂ 5000 ਦੀਆਂ ਲਓ ਗੁਰਲਾਲ ਗੰਗਾ ਵਾਲਾ ਗੁਰਲਾਲ ਗੰਗਾ ਵਾਲਾ ਗੁਰਲਾਲ ਗੰਗਾ ਵਾਲਾ ਇਧਰ ਮੈਂ ਦੇਖਦਾ ਗੁਰਲਾਲ ਦੀ ਕਬੱਡੀ ਹੈ ਇੱਕ ਤਾਂ ਗੱਲ ਹੈਗੀ ਹਰਪਿੰਦਰ ਵੀਰ ਅੱਜ ਮੈਨੂੰ ਲੱਗਦਾ ਕਿਉਂਕਿ ਕੱਲ ਨੂੰ ਫਿਰ ਬੱਚਿਆਂ ਨੇ ਯਾਦ ਕਰਨਾ ਗਾ ਵੀ ਪੁਆਇੰਟ ਜਿਹੜਾ ਉਹ ਰੇਡ ਦਾ ਪੁਆਇੰਟ ਹੈ ਜੀ ਰੇਡ ਦਾ ਹਾਂ ਇੱਕ ਅੱਜ ਕਿਉਂਕਿ ਤਾਊ ਦਾ ਮੈਨੂੰ ਲੱਗਦਾ ਆਪਾਂ ਪੂਰਾ ਸਤਿਕਾਰ ਕਰਾ ਰਹੇ ਹਾਂ ਕੱਲ ਨੂੰ ਬੱਚਿਆਂ ਨੇ ਕਹਿਣਾ ਤਾਇਆ ਕਬੱਡੀ ਪਾਉਂਦਾ ਸੀਗਾ ਉਧਰ ਬਖਸ਼ੀ ਵੀ ਕਿਸੇ ਦਾ ਤਾਇਆ ਲੱਗਦਾ ਉਹ ਤੈਨੂੰ ਲੱਗਦਾ ਹੋਰ ਨਾ ਕੋਈ ਤਾਇਆ ਪੰਗਾ ਲੈ ਲਈ ਕਿਸੇ ਦਾ ਹਾਂ ਮੇਰੀ ਤਾਂ ਪ੍ਰੈਕਟਿਸ ਕੀਤੀ ਹੈ ਹਾਂ ਤਾਂ ਹੈ ਲਓ ਤਿੰਨ ਕਬੱਡੀਆਂ ਦੇ 5100 ਰੁਪਇਆ ਬਰਾਬਰ ਵਾਲਾ ਤਾਊ ਹੁਣ ਅੱਗੇ ਨੂੰ ਵਧਿਆ ਹੋਇਆ ਆਓ ਮੇਰੇ ਮਿੱਤਰੋ ਚੀਮੇ ਵਾਲੇ ਫੌਜੀ ਨੇ ਪਹਿਲਾਂ ਜਫਾ ਲਾਇਆ ਪਰ ਇਧਰਲੇ ਪਾਸੇ ਆਏ ਹਾਏ ਹਾਏ ਜਦੋਂ ਤਾਊ ਦੀ ਕਬੱਡੀ ਤੇ 5100 ਲਓ ਇੱਕ ਗੱਲ ਹੈਗੀ ਆ ਗੱਲ ਬਣੀ ਨੀ ਬਣ ਗਈ ਬਣੀ ਨੀ ਕੋਈ ਗੱਲ ਨੀ ਲਓ ਕੌਰਾ ਸੇਲਵਰਾ ਵਾਲਾ ਮੇਰੇ ਵੀਰੋ ਕੌਰਾ ਸੇਲਵਰਾ ਦੀ ਧਰਤੀ ਦਾ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਜਿੰਨੇ ਵੀ ਜਫੇ ਦੋਨੋਂ ਪਾਸਿਆਂ ਤੋਂ ਲੱਗਣਗੇ ਹਰ ਇੱਕ ਜਫੇ ਦਾ ਵਾਹ ਉਹ ਕੌਰਿਆ ਨਹੀਂ ਰਿਸ਼ਾ ਗੁਲਜ਼ਾਰ ਜੀ ਆਪਾਂ 1000 ਰੁਪਇਆ ਪਰ ਜਫੇ ਦਾ ਦੋਨੇ ਪਾਸੇ ਤੋਂ ਕਰ ਦਈਏ ਫੇਰ ਗੱਲ ਬਣ ਜੂ 1000 ਰੁਪਇਆ ਕਹਿੰਦੇ ਪਰ ਜਫੇ ਦਾ ਦੋਨੋਂ ਪਾਸਿਆਂ ਤੋਂ ਮੇਰੇ ਵੀਰੋ ਦਿੱਤਾ ਜਾਣਾ ਹੈ ਸਾਡੇ ਅੰਕਲ ਜੀ ਹਰਿੰਦਰ ਸਿੰਘ ਜੀ ਚਾਲ ਡੀ ਆਈ ਜੀ ਸਾਹਿਬ ਤੇ ਗੁਲਜ਼ਾਰ ਅੰਦਰ ਚਾਲ ਸਾਡਾ ਵੀਰ ਫਿਲਮੀ ਅਦਾਕਾਰ ਮੇਰੇ ਵੀਰੋ ਦੋਨੋਂ ਪਾਸਿਆਂ ਤੋਂ ਜਿੰਨੇ ਜਫੇ ਲੱਗਣਗੇ 1000 ਦਾ ਮਾਣ ਲਓ ਮਨਜੀਤ ਤੇ ਕਾਕਾ ਇਹ ਕਾਕਾ ਲੋਧੀ ਕੱਪ ਵਾਲਾ ਇਹ ਕਾਕਾ ਚੀਮੇ ਯੋਧਪੁਰ ਵਾਲਾ ਮੇਰੇ ਵੀਰੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਗੁਰਲਾਲ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੈਨੂੰ ਇੰਨਾ ਲੱਗ ਰਿਹਾ ਹਰਪਿੰਦਰ ਡਿਸਕਵਰ ਮੋਟਰਸਾਈਕਲ ਥੋੜੇ ਜੇ ਦਾ ਜਿਹੜਾ ਸਟੇਅਰਿੰਗ ਉਹ ਚੀਮਿਆ ਕਿ ਨਹੀਂ ਘੁੰਮ ਗਿਆ ਕਿਉਂਕਿ ਤੁਹਾਨੂੰ ਪਤਾ ਨੌਜਵਾਨੋ ਜਫੇ ਲੱਗ ਰਹੇ ਨੇ ਮੁੰਡਿਆਂ ਦੇ ਵਿੱਚ ਜਾਣ ਜੋਸ਼ ਹੈ ਇਧਰ ਗੁਲਾਲ ਦੀ ਪਈ ਹੋਈ ਕਬੱਡੀ ਹੈ ਗੰਗਾ ਪਿੰਡ ਵਾਲੇ ਦੀ ਆਪਾਂ ਦੇਖਦੇ ਹਾਂ ਵੀ ਜਿੱਥੇ ਕੁਲਦੀਪ ਵਰਗੇ ਨੌਜਵਾਨ ਇੱਕ ਪੁਆਇੰਟ ਹੋਰ ਜੁੜਦਾ ਹੋਇਆ ਲਓ ਗੁਰਲਾਲ ਲਓ ਵੀ ਦਰਸ਼ਕ ਵੀਰੋ ਲਾਸਟ ਵਾਰੀ ਪੁੱਛਣਾ ਵੀ ਜੇ ਤੇ ਅੱਜ ਦੇ ਕਬੱਡੀ ਕੱਪ ਦਾ ਆਇਆ ਨਜ਼ਾਰਾ ਦਿਲ ਤੋਂ ਇੱਕ ਵਾਰੀ ਦਿਲੋਂ ਖੁੱਲ ਕੇ ਤਾੜੀ ਜ਼ੋਰਦਾਰ ਮਾਰ ਦਿਓ ਕਿਆ ਬਾਤ ਹੁਣ ਇਸ ਤੋਂ ਬਾਅਦ ਤੁਹਾਨੂੰ ਤਾੜੀ ਨੂੰ ਨਹੀਂ ਕਹਿੰਦੇ ਸਵੇਰਦੇ ਆ ਬਹੁਤ ਮਰਾ ਲਈਆਂ ਬਿਲਕੁਲ ਅਗਲੇ ਸਾਲ 2017 ਦੇ ਵਿੱਚ ਮਰਾਵਾਂਗੇ ਤਾੜੀਆਂ ਚਹਿਲ ਸਾਹਿਬ ਲਓ ਸਾਹਮਣੇ ਇਹ ਆ ਫੌਜੀ ਉਹ ਫੌਜੀ ਆ ਸਾਡੇ ਫੌਜੀ ਭਰਾ ਵੀ ਬੈਠੇ ਹੋਣੇ ਆ ਰਾਜਸਥਾਨ ਵਾਲੇ ਆਨੰਦ ਮਾਣਦੇ ਕਬੱਡੀ 365.com ਦੇ ਜ਼ਰੀਏ ਲਓ ਸੇਲਵਰਾ ਦਾ ਕੌਰਾ ਅਗਲੀ ਰੇਡ ਖੇਡ ਮੈਦਾਨ ਅੰਦਰ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਬਦਾਵੜ ਦੀ ਟੀਮ ਦੇ ਇਹ ਆ ਨੌਜਵਾਨ ਸਚਿਨ ਗਾਂਗੁਲੀ ਸਚਿਨ ਗਾਂਗੁਲੀ ਬੰਬੇ ਦੇ ਵਿੱਚ ਵੀ ਖੇਡਿਆ ਤੇ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਇਸ ਵੇਲੇ ਮੇਰੇ ਵੀਰੋ ਨੌਜਵਾਨ ਰੇਡਰ ਦੇ ਹਿੱਸੇ ਜੁੜਦਾ ਹੋਇਆ ਮਨਜੀਤ ਕਿ ਪੱਟਾਂ ਦੇ ਨਾਲ ਪੱਟ ਨੇ ਖੇਂਦੇ ਡੋਲਿਆਂ ਨੂੰ ਯਾਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਹੈ ਗਜ ਗਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਹੈ ਗਜ ਗਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਹੈ ਅੱਜ ਬੁੱਕਦੇ ਆ ਮੁੰਡੇ ਕਹਿੰਦੇ ਨਥੇਹੇ ਦੇ ਕਬੱਡੀ ਕੱਪ ਤੇ ਆਓ ਸਾਹਮਣੇ ਇਹ ਆ ਨੌਜਵਾਨ ਮਨਜੀਤ ਕਬੱਡੀ ਪਾ ਕੇ ਮੇਰੇ ਵੀਰੋ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਮਨਜੀਤ ਸਿਰੇ ਦਾ ਮੈਚ ਅੱਜ ਦੇ ਦਿਨ ਦਾ ਸੁਪਰ ਫਾਈਨਲ 2 ਲੱਖ ਦੀ ਕਬੱਡੀ ਨਥੇਹੇ ਦੇ ਕਬੱਡੀ ਕੱਪ ਤੇ ਲਓ ਸਾਹਮਣੇ ਗੁਰਲਾਲ ਗੰਗਾ ਵਾਲਾ ਇਸ ਵੇਲੇ ਚੌਥੇ ਨਥੇਹੇ ਕਬੱਡੀ ਕੱਪ ਦੀ ਫਾਈਨਲ ਦੀ ਰੇਡ ਇਸ ਵੇਲੇ ਪਾ ਰਿਹਾ ਤੇ ਪੁਆਇੰਟ ਚੀਮਾ ਯੋਧਪੁਰ ਦੀ ਟੀਮ ਦੇ ਹਿੱਸੇ ਉਹ ਆ ਗਿਆ ਬਲਜੀਤ ਤਾਊ ਮੇਰੇ ਵੀਰੋ ਤਾਊ ਬਲਜੀਤ ਸਿੰਘ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤਾਊ ਤੇ ਫੌਜੀ ਫੌਜੀ ਤੇ ਤਾਊ ਤਾਊ ਤੇ ਫੌਜੀ ਆਏ ਹਾਏ ਵਾਹ ਵਾਹ ਉਹ ਫੌਜੀ ਹੈ ਇਧਰ ਇਸ ਦੇ ਨਾਲ ਹੀ ਗੁਲਜ਼ਾਰ ਜੀ ਅੰਕਲ ਚਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੰਨੀ ਕੁ ਹਾਜ਼ਰੀ ਛੋਟੇ ਵੀਰ ਦੀ ਕਬੂਲ ਕਰਿਓ ਅਗਲੇ ਸਾਲ ਫੇਰ ਮਿਲਾਂਗੇ ਸਾਰੀ ਸੰਗਤ ਦਾ 365.com ਦੇ ਨਾਲ ਜੁੜੀ ਸੰਗਤ ਦਾ ਇਸ ਗਰਾਊਂਡ ਦੇ ਨਾਲ ਜੁੜੀ ਸੰਗਤ ਦਾ ਅੰਕਲ ਹਰਿੰਦਰ ਚਾਲ ਜੀ ਦਾ
ਸਾਡੇ ਬਾਈ ਗੁਲਜ਼ਾਰ ਦਾ ਬਹੁਤ ਬਹੁਤ ਧੰਨਵਾਦ। ਅਗਲੀ ਗੱਲ ਸਾਡੇ ਵੀਰ ਦੀਪ ਔਰ ਕੰਤੀ, ਬੜੀ ਮਿਹਰਬਾਨੀ ਸਾਰਿਆਂ ਦੀ। ਹਾਂਜੀ, ਇੱਕ ਵਾਰੀ ਰੁਪਿੰਦਰ ਦੇ ਨਾਂ ਦੇ ਨਾਲ ਤਾੜੀ ਮਾਰ ਦਿਓ, ਜਲਾਲ ਵਾਲੇ ਦੇ ਨਾਂ ਤੇ ਜ਼ੋਰਦਾਰ। ਇਹ ਸਾਡਾ ਕਮੈਂਡੇਟਰ ਆ। ਉਧਰ ਮੈਨੂੰ ਲੱਗਦਾ ਬਰੋਬਰ ਦਾ ਜਫਾ ਲੱਗਦਾ ਸਚਿਨ ਗਾਂਗਲੀ ਪਿੰਡ ਵਾਲਾ ਆਪਣੀ ਟੀਮ ਦੇ ਲਈ, ਕਿਉਂਕਿ ਮੋਟਰਸਾਈਕਲ ਜਿਹੜੇ ਮੈਂ ਦੇਖਦਾ ਵੀ ਕਿੱਕਾਂ ਵੱਜਦੀਆਂ ਨੇ, ਹੁਣ ਸਟੇਰਿੰਗਾਂ ਨੂੰ ਹੱਥ ਪੈ ਗਏ ਨੇ, ਚੀਮਿਆਂ ਵਾਲੇ ਨੇ ਚਾਰ ਪੰਜ ਜਫੇ ਲਾ ਦੇ ਤੇ ਉਧਰਲੇ ਪਾਸੇ ਵਧਾਵਣ ਵਾਲਿਆਂ ਦੇ ਵੀ ਦੋ ਜਫੇ ਹੋ ਗਏ ਆ। ਮਨਜੀਤ ਸਿੰਘ ਪੱਡੀ ਪਾ ਰਿਹਾ, ਆਓ ਮੇਰੇ ਮਿੱਤਰੋ ਫਾਈਨਲ ਦੀ ਗੱਲ। ਉਧਰ ਕਬੱਡੀ 365 ਨਾਲ ਸਾਡੇ ਐਨ ਆਰ ਵੀਰ, ਇਧਰ ਪ੍ਰਗਟ ਸਿੰਘ, ਦੂਜੇ ਪਾਸੇ ਕਬੱਡੀ ਦਾ ਮਹਾਰਥੀ, ਇਹ ਆ ਹੋ ਗਿਆ। ਇਹ ਗੱਲਾਂ ਨੇ, ਇਹ ਭਿੜਦੇ ਨੇ ਮੋਟਰਸਾਈਕਲਾਂ ਦੇ ਲਈ। ਅਗਲੀ ਕਬੱਡੀ ਇਹ ਗੁਰਲਾਲ, ਮੇਰੇ ਵੀਰ ਜ਼ਿਲ੍ਹਾ ਬਠਿੰਡੇ ਦਾ ਮਾਣ ਹੈ। ਇਹ ਗੰਗਾ ਵਾਲਾ ਗੁਰਲਾਲ ਕਬੱਡੀ ਪਾ ਰਿਹਾ, ਉਧਰ ਚਾਰ ਹੀ ਆਪੀ ਹੈ। ਕਹਿੰਦੇ ਪੰਜਾਬ ਅਤੇ ਹਰਿਆਣੇ ਦਾ ਮੈਚ, ਫਿਰ ਆਹ ਮੈਚ ਦੀਆਂ ਗੱਲਾਂ 2 ਮਹੀਨੇ ਸੱਥਾਂ ਵਿੱਚ ਚੱਲਣਗੀਆਂ। ਲਾ ਉਧਰਲੇ ਪਾਸੇ ਦੇਖਾਂਗੇ ਮੁੰਡਾ ਸਚਨ, ਪਰ ਇੱਕ ਪਾਸੇ ਹੀ ਆ ਗੰਗਾ ਵਾਲਾ। ਮੇਰੀ ਵੀਰੋ ਅੰਕ ਆਪਣੀ ਟੀਮ ਦੇ ਹਾਸੀ ਜੋੜਦਾ ਹੋ ਗਿਆ। ਇਧਰ ਇੱਕ ਗੱਲ ਹੈ ਬਾਈ ਚਾਲ ਸਾਹਿਬ, ਕੱਲ ਮੈਂ ਕਿਹਾ ਸੀ ਵੀ ਰੈੱਡ ਜਿਹੜਾ ਆਪਾਂ ਮੋਟਰਸਾਈਕਲ ਉਹ ਜਾਫੀ ਨੂੰ ਦੇਣਾ, ਕਿਉਂਕਿ ਉਧਰ ਤਾਹੂ ਕਬੱਡੀ ਪਾ ਰਿਹਾ, ਬਲਿਊ ਜਿਹੜਾ ਉਹ ਰੇਡਰ ਨੂੰ ਦੇਣਾ ਗਾ। ਇਧਰ ਚੀਮਿਆਂ ਵਾਲਾ ਫੌਜੀ, ਲਓ ਐਸਵੇਂ ਆ ਕੀ ਆਪੀ ਦਾ। ਹਾਂ, ਅੱਜ ਤਾਊ ਆ, ਮੈਨੂੰ ਲੱਗਦਾ ਤਾਊ ਨੂੰ ਹੁਣ ਭਤੀਜੇ ਭੈੜੇ ਟੱਕਰ ਗਏ ਆ। ਹਾਂ, ਲੈ ਵੀ ਕੌੜਿਆ ਪਾ ਕਬੱਡੀ, ਫਿਰ ਅਗਲੀ ਕਬੱਡੀ ਆ ਸੇਲਬਰਾ ਪਿੰਡ ਦਾ ਕੌੜਾ, ਮੇਰੀ ਵੀਰੋ ਕਬੱਡੀ ਪਾ ਰਿਹਾ। ਕਹਿੰਦੇ ਸੇਲਬਰਾ ਪਿੰਡ 365 ਦੇ ਕਰਕੇ ਪੂਰੀ ਦੁਨੀਆਂ ਦੇ ਵਿੱਚ ਪ੍ਰਸਿੱਧ ਹੋਇਆ। ਹਾਂ, ਲਾ ਉਧਰਲੇ ਪਾਸੇ ਕੌੜਾ, ਪਰ ਅੰਕ ਮੇਰੀ ਵੀਰੋ ਕਹਿੰਦੇ ਚੀਮਾ ਜੋਧਪੁਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਇਹ ਗੱਲ ਹੈਗੀ ਆ, ਕਿਉਂਕਿ ਜਦੋਂ ਤਾਏ ਨੂੰ ਯਾਦ ਕਰਨਾ ਹੁੰਦਾ ਬਖਸ਼ੀ ਨੂੰ ਤਾਇਆ ਕਹਿੰਦਾ ਗੁਰੂ। ਹਾਂ ਹਾਂ, ਇਹ ਵੀ ਲਾ ਉਧਰਲੇ ਪਾਸੇ ਨੌਜਵਾਨ ਇਹ ਮਨਜੀਤ, ਮੇਰੇ ਵੀਰ ਭਾਰੀ ਸਰੀਰ ਹੈ, ਵਧਾਵੜ ਕਬੱਡੀ ਪਾ ਰਿਹਾ। ਉਧਰ ਬਲਜੀਤ ਡਾਕਟਰ ਖੁਸ਼ ਹੈ ਵੀ ਮੇਰੀ ਟੀਮ ਜਿਹੜੀ ਮੈਚ ਦਾ ਜਿਹੜਾ ਪਾਸਾ ਜਿਹੜਾ ਪਾਰੀ ਕਰ ਰਹੀ ਹੈ। ਲਾਸਵੀਂ ਪਈ ਹੋਈ ਕਬੱਡੀ ਹੈ, ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਯਾਰੀ ਪਗਾਈ ਹੈ। ਜਦ ਲਈ ਪਾਸੇ ਅੰਕੜਾ ਇਹ ਪਦਾਵੜ ਦੀ ਟੀਮ ਦੇ ਗਿਆ ਸੀ ਹੈ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਦਿਲੋਂ ਅੱਜ ਕਬੱਡੀ ਨੂੰ ਪਿਆਰ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਵਾਈ ਹੈ ਅਗਲੀ ਕਬੱਡੀ ਪਾਉਣ ਦੇ ਲਈ। ਆਹ ਜਿਹੜਾ ਰੇਡਰ ਕਬੱਡੀ ਪਾ ਰਿਹਾ, ਤੂੰ ਰੇਡਰ ਦੇਖ, ਨੌਜਵਾਨ ਸੁਭਾਅ ਤੋਂ ਲੈ ਕੇ ਕਬੱਡੀ ਪਾ ਰਿਹਾ, ਇਹ ਕਦੇ ਡਬਲ ਨਹੀਂ ਮਾਰਦਾ ਨੰਬਰ ਦਾ, ਦੇਖ ਮੁੰਡੇ ਦੇ ਟੱਚ, ਕਿਉਂਕਿ ਦੇਖਣ ਵਾਲੀ ਗੇਮ ਹੈ ਮੁੰਡੇ ਦੀ। ਅੱਜ ਮੈਦਾਨਾਂ ਵਿੱਚ ਉਧਰਲੇ ਪਾਸੇ ਪ੍ਰਦੀਪ, ਸੱਜਣ ਗਾਂਗਲੀ, ਸਾਡੇ ਵੀ ਚਾਲ ਵਰਗਾਂ ਦਾ ਬਹੁਤ ਬਹੁਤ ਧੰਨਵਾਦ। ਆਹ ਕਹਿੰਦੇ ਕੁਲਦੀਪ ਸਿੰਘ ਵਧਾਵੜ ਵਾਲਾ ਜਫਾ ਲਾਉਂਦਾ ਹੋਇਆ, ਪਰ ਦੂਜੇ ਪਾਸੇ ਗੁਰਲਾਲ ਸਿੰਘ ਆਪਣੀ ਟੀਮ ਲਈ ਚੱਲਿਆ। ਤਾਊ ਤਾਇਆ ਚੱਲਿਆ ਮੇਰਾ ਤਾਇਆ, ਹੁਣ ਤਾੜੀ ਮਾਰ ਦੋ ਤਾਏ ਦੇ ਨਾਂ ਤੇ ਜ਼ੋਰਦਾਰ। ਬਲਾਦਰੇ ਪਾਸੇ ਤਾਊ ਦੀ ਕਬੱਡੀ ਹੈ। ਹਾਂ, ਕਿ ਲਿਸ਼ਕਦੇ ਆ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ, ਤੇ ਸਾਨਾ ਵਾਲੀ ਭੇਡ ਵਿੱਚ ਤਾਕਤਾਂ ਨਹੀਂ ਗੁੱਝੀਆਂ, ਸਾਨਾ ਵਾਲੇ ਭੇਡ ਹੈ। ਲਾਦਰੇ ਪਾਸੇ ਦੇਖਾਂਗੇ ਨੌਜਵਾਨ ਇਹ ਪ੍ਰਗਟ, ਤੇ ਅੰਕ ਮੇਰੀ ਵੀਰੋ ਆਪਣੀ ਟੀਮ ਦੇ ਹਾਸੀ ਜੋੜਦਾ ਹੋਇਆ। ਹਾਂ, ਚੱਲ ਕੌੜਿਆ ਕਬੱਡੀ ਮੇਰੀ ਵੀਰੋ। ਇੱਕ ਗੱਲ ਤਾਂ ਹੈਗੀ ਆ, ਤਾਏ ਤੇ ਅੱਜ ਮੈਨੂੰ ਲੱਗਦਾ ਭਤੀਜੇ ਭਾਰੀ ਪੈ ਪਏ ਨੇ। ਧੰਨਵਾਦ, ਚੱਲ ਅਗਲੀ ਕਬੱਡੀ ਪਾਉਣ ਦੇ ਲਈ ਕੌੜਾ ਮੇਰੀ ਵੀਰੋ ਕਿਡ ਮੈਦਾਨ ਵੱਲ ਵੱਧ ਹੋ ਗਿਆ, ਤੇ ਅੱਜ ਇਸ ਸਮੇਂ ਕੌੜੇ ਦੀ ਕਬੱਡੀ ਹੈ। ਜਿਹੜੀ ਨਤੀਹ ਦੀ ਇਹ ਜਗ੍ਹਾ, ਇਹ ਮੇਰੀ ਵੀਰੋ ਬੜੀ ਭਾਗਾਂ ਵਾਲੀ ਜਗ੍ਹਾ ਹੈ ਇੱਥੇ, ਕਿਉਂਕਿ ਜਿਹੜੀ ਫੰਕਸ਼ਨ ਉਹ ਇੱਥੇ ਹੁੰਦੀ ਹੈ, ਤੇ ਹਰ ਸਾਲ ਦੁਨੀਆਂ ਦੇ ਜਿਹੜੇ ਸਟਾਰ ਹੈ ਉਹ ਕਬੱਡੀ ਦੇ ਖੇਡਦੇ ਆ। ਲਾਉਦਲੇ ਪਾਸੇ ਦੇਖਾਂਗੇ ਮੁੰਡਾ ਕਿਡ ਮੈਦਾਨ ਦੇ ਵਿੱਚ ਆਕੜਾ ਹੀ ਆਪੀ ਦਾ, ਤੇ ਚੱਲ ਮੁੰਡਿਆ ਪਾ ਕਬੱਡੀ, ਅਗਲੀ ਕਬੱਡੀ ਪਾਉਣ ਦੇ ਲਈ। ਹਾਂਜੀ, ਆਹ ਮੁੰਡੇ ਜਿਹੜਾ ਕਬੱਡੀ ਪਾ ਰਿਹਾ ਮਨਜੀਤ, ਜੇ 3 ਕਬੱਡੀਆਂ ਹੁਣ ਪਾਈਆਂ ਨੌਜਵਾਨ ਨੇ ਦੀਪ ਨਸੇਹਾ ਜੀ, 3 ਕਬੱਡੀਆਂ ਦੇ 5100 ਰੁਪਇਆ ਹੋਊਗਾ। ਲਓ 5100 ਦੀ ਰੇਡ ਹੈ, ਕਹਿੰਦੇ ਬੋਲੋ। ਹਾਂ, ਆ ਮਨਜੀਤ ਦੀ ਕਬੱਡੀ ਦੇ 3 ਕਬੱਡੀਆਂ ਦੇ 5100 ਹੋਊਗਾ ਜੇ 3 ਪੁਆਇੰਟ ਲੈ ਗਿਆ। ਮੁੰਡਿਆ ਇਹ ਕਹਿੰਦੇ ਨੌਜਵਾਨ ਮੇਰੀ ਵੀਰੋ ਪ੍ਰਗਟ, ਧੂਰਕੋਟ ਦੇ ਕਹਿੰਦੇ ਟੂਰਨਾਮੈਂਟ ਦਾ ਲੰਡੀ ਗੱਡੀ ਦਾ ਜੇਤੂ ਹੈ ਇਹ ਆ ਚੀਮਿਆਂ ਵਾਲਾ ਮੇਰੀ ਵੀਰੋ, ਚੀਮਿਆਂ ਵਾਲਾ ਇੱਕ ਆਪਾਂ ਸਰੀਰ ਦਾ ਲਾਉਂਦਾ ਹੈ। ਤੇ ਚੱਲ ਓਏ ਦਰਸ਼ਕ, ਹੁਣ ਘਰਾਂ ਨੂੰ ਜਾਣਾ, ਜੇ ਤੁਹਾਨੂੰ ਅੱਜ ਕਬੱਡੀ ਦਾ ਪਿਆਰ ਆਇਆ ਵਧੀਆ ਲੱਗੀ ਹੈ ਤਾਂ ਇੱਕ ਲਲਕਾਰਾ ਜ਼ੋਰਦਾਰ ਮਾਰ ਦਿਓ ਜੇ ਮੈਚ ਵਧੀਆ ਲੱਗਿਆ ਹੈ। ਅੱਜ ਦੇ ਦਿਨ ਦੇ ਲੋਕਾਂ ਦੀ ਨਤੀਜ ਵਿੱਚ ਆਤੋਣ ਵਾਲੀ ਗੱਲ ਹੈ, ਚਾਲ ਪਰਿਵਾਰ ਨੂੰ ਪੂਰੀ ਮੁਬਾਰਕਬਾਦ ਦਿੰਦੀ ਹੈ। ਮੈਂ ਆਪਣੀ ਤਰਫੋਂ ਬਾਈ ਗੁਲਜ਼ਾਰ ਦਾ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਸਰਦਾਰ ਹਰਿੰਦਰ ਸਿੰਘ ਜੀ ਚਾਲ ਰਿਟਾਇਰਡ ਹੀ ਆ ਜੀ, ਉਹਨਾਂ ਨੂੰ ਮੁਬਾਰਕਬਾਦ ਹੈ। ਇਸ ਕਬੱਡੀ ਕੱਪ ਦੀ
मैं तो ही चाहूंगा कि हर साल सचन गांगली सचन गांगली पिंड वाले नौजवान दी कमाल दी पकड़ हरियाणा कर गया कमाल मार दो ताली जा फिर ना दे ये सचना गांगली पिंड वाला नौजवान बदामर दी टीम दे ले जड़ा जफा लाउंदा होया अज मैं देखदा ताऊ हुण मुड़को मुड़की होया पिया ताऊ दा साना शाह नहीं रलदा क्योंकि जोर ना जोर नहीं रलदा ताऊ सोचदा की पता मोटरसाइकिल चितला तारी पारा तारी मार दो कोई मुंडा दा जोरदार कबड्डी है हेलो जो तीजा कबड्डी कप होया सी उदों मौले ने मेला लुटिया सी हां जी पर हुण ताऊ ने मेरी वीरो हत करवाई है ਵਧੀਆ ਮੈਚ ਲਾਉਦਲੇ ਪਾਸੇ ਤਾਊ ਤੇ ਫੌਜੀ ਹਾਂ ਇਹ ਚੀਮਿਆਂ ਵਾਲਾ ਮੇਰੇ ਵੀਰੋ ਕਿ ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਐ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਐ ਬਾਕੀ ਕਹਿੰਦੇ ਰਿਕਾਰਡ ਪੈਦਾ ਕੀਤੇ ਐ ਚੀਮਿਆਂ ਵਾਲੇ ਫੌਜੀ ਨੇ ਮੇਰੇ ਵੀਰੋ ਉਹਦਾ ਸੇਲਵਰਾ ਦਾ ਕੌਰਾ ਨੌਜਵਾਨ ਜਿਸ ਨੌਜਵਾਨ ਦੇ ਵੱਡੇ ਸਰਕਾਰ ਪਰ ਮੈਨੂੰ ਲੱਗਦਾ ਪੁਆਇੰਟ ਜਿਹੜਾ ਰੇਡ ਲਈ ਜੁੜਦਾ ਹੋਇਆ ਪੁਆਇੰਟ ਜਿਹੜਾ ਹਰੇਡਰ ਲਈ ਜੁੜਦਾ ਹੋਇਆ ਨੌਜਵਾਨ ਇੱਕ ਇੱਕ ਸਕੋਰਾਂ ਦੇ ਲਈ ਜੂਝਦੇ ਹੋਏ ਸਾਡੇ ਪਲੇਅਰ ਮਨਜੀਤ ਸਿੰਘ ਫੇਰ ਕਬੱਡੀ ਲਈ ਵਧਿਆ ਹੋਇਆ ਲਾਦਲੇ ਪਾਸੇ ਪਈ ਹੋਈ ਕਬੱਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਗੁਰਦਾਸ ਜੀ ਗੱਗਾ ਜੀ ਜਿਹਨੇ ਵੀ ਸਤਿਕਾਰਯੋਗ ਆ ਮਨਜੀਤ ਵਧਾਵੜ ਵਾਲਾ ਕੇ ਨੂੰ ਵਧਾ ਗੱਜ ਗੱਜ ਚੌੜੀ ਛਾਤੀ ਸ਼ੋਰ ਇਸ ਸ਼ੇਰ ਜਵਾਨਾਂ ਦੇ ਵੇਖਣ ਵਾਲੇ ਜਫੇ ਹੁੰਦੇ ਅੱਜ ਇਹ ਭਲਵਾਨਾਂ ਦੇ ਇੱਕ ਬੰਦੇ ਚੀਮਿਆਂ ਵਾਲਾ ਹੁਣ ਕਹਿੰਦੇ ਵੇ ਡਬਲ ਜੱਜ ਹੋ ਗਿਆ ਡਬਲ ਹੋ ਗਿਆ ਪੁਆਇੰਟ ਰੇਡਰ ਦਾ ਰੈਫਰੀ ਦਾ ਫੈਸਲਾ ਅੰਤਮ ਹੋਊਗਾ ਪੁਆਇੰਟ ਰੇਡਰ ਦਾ ਰੇਡਰ ਦਾ ਤੇ ਚੱਲ ਮੁੰਡੇ ਪਾਕ ਵੜੀ ਬਰਾਗਲੀ ਕਬੱਡੀ ਵੀਰੇ ਰੈਫਰੀ ਦੇ ਨਾਲ ਬਹਿਸ ਬਾਜਰੀ ਕਰਨੀ ਡਾਕਟਰ ਸਮਝਾ ਇਹਨਾਂ ਨੂੰ ਬਿਲਕੁਲ ਪਲੀਜ਼ ਬੇਨਤੀ ਹੈ ਡਾਕਟਰ ਹਾਂ ਡਾਕਟਰ ਸਮਝਾ ਰਿਹਾ ਗੁਰਲਾਲ ਦੀ ਕਬੱਡੀ ਪੈ ਰਹੀ ਹੈ ਦੋ ਮੋਟਰਸਾਈਕਲ ਡਿਸਕਵਰ ਦੇ ਜੁੱਤੇ ਆਣੇ ਆ ਨੌਜਵਾਨੋ 60,000 ਰੁਪਏ ਦਾ ਸੈਕਿੰਡ ਪ੍ਰਾਈਜ਼ ਦੱਸੀ ਵਿਦੀਪ ਸਿੰਘ ਕਿੰਨਾ ਗਾ ਕਾਰ ਤੇ ਜਿਹੜਾ 41 ਲੱਖ ਤੇ ਦੋ ਮੋਟਰਸਾਈਕਲ ਆ 2 ਲੱਖ ਰੁਪਏ ਦਾ ਮੈਚ ਆ ਉਹ ਖੇਡਿਆ ਜਾ ਰਿਹਾ ਆਦਰ ਜਿਹੜੀ ਚਾਰ ਹੀ ਆਪੀ ਸਾਹਮਣਾ ਕਰਦੇ ਆ ਅੱਜ ਨਥੇ ਦੇ ਵਿੱਚ ਲਾਸਟ ਮੈਚ ਆ ਕੁਝ ਪਲ ਬਾਕੀ ਹੈ ਲਾਉਦਲੇ ਪਾਸੇ ਕੀ ਪੁਆਇੰਟ ਜਿਹੜਾ ਰੇਡਰ ਦਾ ਮੈਚ ਹੋ ਗਿਆ ਸਮਾਪਤ ਬੋਲੇ ਸਾਡੇ ਰੁਕ ਜੋ ਪਹਿਲਾ ਬੈਸਟ ਰੇਡਰ ਤੇ ਆਪੀ ਤਾਂ ਸੁਣ ਜੋ ਹਾਂ 2 ਮਿੰਟਾਂ ਦਾ ਕੰਮ ਹੈ ਲੈ ਵੀ ਨੰਬਰ ਦੱਸ ਦੇ ਕਿਹੜੀ ਟੀਮ ਦੇ ਕਿੰਨੇ ਆ ਪਹਿਲਾਂ ਤਾਂ ਨੰਬਰ ਬੋਲਦਾ ਮੈਂ ਨੰਬਰ ਬੋਲਦਾ ਜਿਹੜੇ 13 ਪੁਆਇੰਟ ਭਦਾਵੜ ਦੀ ਟੀਮ ਦੇ ਆ 21 ਤੇ 21 ਪੁਆਇੰਟ ਜਿਹੜੇ ਚੀਮਿਆਂ ਦੇ ਆ ਟੀਮ ਇਹਦੇ ਵਿੱਚੋਂ ਚੀਮਾ ਜੋਧਪੁਰ ਦੀ ਫਸਟ ਹੈ ਤੇ ਭਦਾਵੜ ਦੀ ਟੀਮ ਸੈਕਿੰਡ ਹੈ ਵੈਸਟ ਰੇਡਰ ਤੇ ਆਪੀ ਲਓ ਜੀ ਦੱਸੋ ਕਿਹੜਾ ਵੈਸਟ ਰੇਡਰ ਤੇ ਕਿਹੜਾ ਵੈਸਟ ਆਪੀ ਹੈ ਕਿਹੜਾ ਵੈਸਟ ਰੇਡ ਤੇ ਜਾਫੀ ਜਿਹੜਾ ਫੌਜੀ ਹੈ 7 ਟੱਚ ਤੇ 5 ਯਾਫੀ ਆ ਚੀਮਿਆਂ ਵਾਲਾ ਫੌਜੀ ਵੈਸਟ ਯਾਫੀ ਹੈ ਤੇ ਜਿਹੜਾ ਵੈਸਟ ਰੇਡਰ ਹੈ ਹਾਂਜੀ ਗੁਰਪ੍ਰੇਮ ਜੀ ਦੱਸੋ ਮਨਜੀਤ ਦੀਆਂ 9 ਕਬੱਡੀਆਂ ਤੇ 2 ਯਾਫੇ 7 ਪੁਆਇੰਟ ਜਿਹੜੇ ਪ੍ਰਾਪਤ ਕੀਤੇ ਆ ਮਨਜੀਤ ਨੇ ਗੁਰਲਾਲ ਦੀਆਂ 9 ਕਬੱਡੀਆਂ ਤੇ 7 ਪੁਆਇੰਟ ਗੁਰਲਾਲ ਨੇ ਪ੍ਰਾਪਤ ਕੀਤੇ ਆ ਇਹ ਜੁਆਇੰਟ ਰੇਡਰ ਗੁਰਲਾਲ ਤੇ ਮਨਜੀਤ ਤਾੜੀ ਮਾਰ ਦਿਓ ਵੀ ਲਾਸਟ ਤਾੜੀ ਆ ਸਾਰੇ ਖਿਡਾਰੀਆਂ ਦੇ ਲਈ ਮਨਜੀਤ ਤੇ ਗੁਰਲਾਲ ਵੈਸਟ ਰੇਡਰ ਹੈ ਤੇ ਫੌਜੀ ਲੈ ਵੀ ਫੌਜੀ ਤੈਨੂੰ ਮੁਬਾਰਕਬਾਦ ਹੈ ਲਾਬੀ ਜੇ ਅੱਜ ਦੇ ਮੈਚ ਵਧੀਆ ਲੱਗਿਆ ਤਾਂ ਇੱਕ ਜਿਹੜੀ ਤਾੜੀ ਹੋਰ ਮਾਰ ਜੋ ਜ਼ੋਰਦਾਰ ਤਾੜੀ ਮਾਰ ਦਿਓ ਜੇ ਮੈਚ ਹੈ ਜੇ ਅੱਜ ਚਾਲ ਸੋਨਾ ਦੇ ਨਾਂ ਤੇ ਪਰ ਜਿਹੜੀ ਸੰਗਤ ਹੈ ਉਹਨੂੰ ਪਾਵਨ ਉਹ ਖਿੰਡਗੀ ਹੈ ਆਪਾਂ ਜੇ ਆਪ ਜਕਾਰੇ ਲਾ ਦਿੰਦੇ ਹਾਂ ਇੱਕ ਫੋਨ